ਸਾਰਿਆਂ ਦਾ ਸਵਾਗਤ ਹੈ। ਮੈਂ ਸਾਹਿਲ ਪਟਿਆਲੇ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਜਿੱਥੇ ਮੁਲਾਜ਼ਮਾਂ ਵੱਲੋਂ ਮਹਾਰੈਲੀ ਕੀਤੀ ਜਾ ਰਹੀ ਆ, ਹੱਲਾ ਬੋਲ ਮਹਾਰੈਲੀ ਕੀਤੀ ਜਾ ਰਹੀ ਆ ਮੁੱਖ ਮੰਤਰੀ ਸ਼ਹਿਰ ਦੇ ਸ਼ਹਿਰ ਪਟਿਆਲੇ ਵਿੱਚ। ਕੀ ਮੁਲਾਜ਼ਮਾਂ ਦੀਆਂ ਮੰਗਾਂ ਕੀ ਨੇ, ਕਿਸ ਮਸਲੇ ਨੂੰ ਲੈ ਕੇ ਇੱਥੇ ਐਡੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਕੱਠੇ ਹੋਏ ਨੇ, ਔਰ ਅਗਾਂਹ ਇਸ ਰੈਲੀ ਦੇ ਕੀ ਸਿੱਟੇ ਨਿਕਲ ਸਕਦੇ ਆ, ਇਸ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਹਰਦੀਪ ਟੋਡਰਪੁਰ ਜੀ, ਡੈਮੋਕਰੈਟਿਕ ਟੀਚਰਸ ਫਰੰਟ ਤੋਂ। ਸਰ ਸਵਾਗਤ ਹੈ ਜੀ, ਮਿਹਰਬਾਨੀ। ਸੋ ਅੱਜ ਸਾਨੂੰ ਦੱਸੋ ਜੀ, ਮਹਾਰੈਲੀ ਹੋ ਰਹੀ ਹੈ, ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਕਿੰਨਾ ਕੁ ਅੰਦਾਜ਼ਾ ਸੀਗਾ, ਕਿੰਨੇ ਮੁਲਾਜ਼ਮ ਇੱਥੇ ਆ ਜਾਣਗੇ, ਕਿੰਨਾ ਕੁ ਵੱਡਾ ਇਕੱਠ ਹੋਇਆ? ਦੇਖੋ ਜੀ, ਅਸੀਂ 50,000 ਮੁਲਾਜ਼ਮਾਂ ਦਾ ਇਕੱਠ ਦਾ ਟਾਰਗੇਟ ਲਿਆ ਸੀ, ਅਤੇ ਸਾਨੂੰ ਆਸ ਸੀ ਕਿ ਇਹ ਪੂਰਾ ਕਰਾਂਗੇ, ਬਸ ਇੱਕ ਖਤਰਾ ਬਰਸਾਤ ਦਾ ਸੀ। ਪਰ ਹੈਰਾਨੀ ਦੀ ਗੱਲ ਹੈਗੀ ਹੈ, ਬਾਰਿਸ਼ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ਦੇ ਵਿੱਚੋਂ ਜਿਹੜੇ ਮੁਲਾਜ਼ਮ ਪਹੁੰਚੇ ਨੇ, ਉਹਨਾਂ ਨੇ ਜਿੰਨਾ ਅਸੀਂ ਟਾਰਗੇਟ ਤੈਅ ਕੀਤਾ ਸੀ 50,000 ਦਾ, ਉਸ ਤੋਂ ਪਾਰ ਪਾ ਲਿਆ ਹੈਗਾ। ਸੋ ਕੀ ਮੇਨ ਮੰਗਾਂ ਮਸਲੇ ਕੀ ਨੇ ਜਿਸ ਨੂੰ ਲੈ ਕੇ ਅੱਜ ਮੁਲਾਜ਼ਮ ਐਡੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ? ਵੈਸੇ ਤਾਂ ਪੰਜਾਬ ਦੇ ਲਗਭਗ 50 ਵਿਭਾਗਾਂ ਦੇ ਮੁਲਾਜ਼ਮ ਇੱਥੇ ਹਾਜ਼ਰ ਨੇ, ਅਲੱਗ ਅਲੱਗ ਫੈਡਰੇਸ਼ਨਾਂ ਦੇ ਰੂਪ ਦੇ ਵਿੱਚ, ਅਤੇ ਇਹਨਾਂ ਦੀਆਂ ਸੈਂਕੜੇ ਜਥੇਬੰਦੀਆਂ ਦੀਆਂ ਸੈਂਕੜੇ ਮੰਗਾਂ ਨੇ। ਪਰ ਅਸੀਂ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦਾ ਜਿਹੜਾ ਗਠਨ ਕੀਤਾ, ਇਸ ਦੇ ਵਿੱਚ ਅਸੀਂ ਉਹਨਾਂ ਕੌਮਨ ਮੰਗਾਂ ਨੂੰ ਸ਼ਾਮਿਲ ਕੀਤਾ ਜਿਹੜੀਆਂ ਹਰ ਵਰਗ ਦੇ ਮੁਲਾਜ਼ਮ ਨੂੰ ਪ੍ਰਭਾਵਿਤ ਕਰਦੀਆਂ ਨੇ, ਹਰ ਡਿਪਾਰਟਮੈਂਟ 'ਤੇ ਅਸਰ ਪਾਉਂਦੀਆਂ ਨੇ। ਉਦਾਹਰਣ ਦੇ ਤੌਰ 'ਤੇ ਤਨਖਾਹ ਕਮਿਸ਼ਨ, ਜਿਹੜਾ ਛੇਮਾ ਤਨਖਾਹ ਕਮਿਸ਼ਨ ਆ, ਜਿਸ ਨੂੰ ਅਸੀਂ ਲੰਗੜੇ ਤਨਖਾਹ ਕਮਿਸ਼ਨ ਦਾ ਨਾਮ ਦਿੱਤਾ, ਜਿਹੜਾ ਤਨਖਾਹਾਂ ਵਧਾਉਣ ਦੀ ਬਜਾਏ ਤਨਖਾਹਾਂ ਘਟਾ ਰਿਹਾ, ਉਸ ਦੇ ਵਿੱਚ ਮੁਲਾਜ਼ਮ ਹਿੱਤਾਂ ਦੇ ਅਨੁਸਾਰ ਸੋਧ ਕਰਾਉਣਾ ਸਾਡੀ ਇੱਕ ਮੰਗ ਹੈਗੀ ਆ, ਜਿਹੜੀ ਸਮੁੱਚੇ ਡਿਪਾਰਟਮੈਂਟਾਂ ਦੇ ਰੈਗੂਲਰ ਮੁਲਾਜ਼ਮਾਂ ਦੀ ਮੰਗ ਹੈਗੀ ਹੈ। ਇਸ ਤੋਂ ਇਲਾਵਾ ਜਿੰਨੇ ਡਿਪਾਰਟਮੈਂਟਾਂ 'ਚ ਕੱਚੇ ਮੁਲਾਜ਼ਮ ਕੰਮ ਕਰਦੇ ਨੇ, ਚਾਹੇ ਸੁਸਾਇਟੀਆਂ 'ਚ ਕਰਦੇ ਨੇ ਜਾਂ ਆਊਟਸੋਰਸ ਦੇ ਕੰਮ ਕਰਦੇ ਨੇ, ਉਹਨਾਂ ਸਾਰਿਆਂ ਨੂੰ ਰੈਗੂਲਰ ਕਰਾਉਣਾ ਦੂਜੀ ਮੰਗ ਹੈਗੀ, ਜਿਹੜੀ ਸਾਡੀ ਕੌਮਨ ਹੈਗੀ ਆ। ਤੀਜੀ ਮੰਗ ਹੈਗੀ ਆ ਕਿ ਮਾਣ ਭੱਤੇ 'ਤੇ ਕੰਮ ਕਰਦੇ ਸਾਡੇ, ਜਿਹਦੇ ਵਿੱਚ ਵੱਡਾ ਹਿੱਸਾ ਔਰਤਾਂ ਦਾ ਹੈਗਾ, ਆਸ਼ਾ ਵਰਕਰ, ਮਿਡ ਡੇ ਮੀਲ, ਆਂਗਣਵਾੜੀ ਵਰਕਰ, ਫੈਸਿਲੀਟੇਟਰ ਨੇ ਜਿਹੜੇ, ਇਹਨਾਂ ਨੂੰ ਬਹੁਤ ਨਿਗੂਣਾ ਮਾਣ ਭੱਤਾ ਦਿੱਤਾ ਜਾ ਰਿਹਾ, ਬਹੁਤ ਵੱਡੇ ਪੱਧਰ 'ਤੇ ਸ਼ੋਸ਼ਣ ਕੀਤਾ ਜਾ ਰਿਹਾ। ਸਾਡੀ ਮੰਗ ਹੈਗੀ ਆ ਕਿ ਸਰਕਾਰ ਘੱਟੋ ਘੱਟ ਆਪਣੇ ਬਣਾਏ ਹੋਏ ਮਿਨੀਮਮ ਵੇਜਸ ਐਕਟ ਦੇ ਕਾਨੂੰਨ ਨੂੰ ਲਾਗੂ ਕਰਕੇ ਇਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕਰੇ। ਦੂਜਾ ਇੱਕ ਹੋਰ ਕਿ 2004 ਤੋਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਆ, ਅਤੇ ਨਵੀਂ ਪੈਨਸ਼ਨ ਸਕੀਮ ਪੰਜਾਬ ਦੇ ਮੁਲਾਜ਼ਮਾਂ 'ਤੇ ਲਾਗੂ ਕੀਤੀ ਆ, ਜਿਹੜੀ ਸਿੱਧੇ ਰੂਪ ਦੇ ਵਿੱਚ ਸ਼ੇਅਰ ਮਾਰਕੀਟ ਨਾਲ ਜੁੜੀ ਹੋਈ ਆ, ਉਹ ਕਹਿ ਲਈਏ ਬਹੁਤ ਨਾ ਮਾਤਰ ਪੈਨਸ਼ਨ ਹੈਗੀ, ਇੱਕ ਤਰ੍ਹਾਂ ਪੈਨਸ਼ਨ ਖਤਮ ਕਰ ਦਿੱਤੀ ਗਈ ਆ। ਦੂਜੇ ਪਾਸੇ ਜਿਹੜੇ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਨੇ, ਉਹ 4-4, 5-5 ਪੈਨਸ਼ਨਾਂ ਲੈ ਰਹੇ ਨੇ, ਅਤੇ ਲੈ ਵੀ ਪੁਰਾਣੀ ਤਰਜ 'ਤੇ ਰਹੇ ਹੈਗੇ ਨੇ। ਇਸ ਕਰਕੇ ਜੇ ਬਹੁਤ ਚੰਗੀ ਪੈਨਸ਼ਨ ਸਕੀਮ ਹੁੰਦੀ ਤਾਂ ਵਿਧਾਇਕ ਜਾਂ ਮਨਿਸਟਰ ਨੇ, ਮੈਂਬਰ ਪਾਰਲੀਮੈਂਟ ਨੇ, ਉਹ ਵੀ ਘੱਟੋ ਘੱਟ ਨਵੀਂ ਪੈਨਸ਼ਨ ਅਡੋਪਟ ਕਰਦੇ। ਸੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ ਚੌਥੀ ਵੱਡੀ ਮੰਗ ਆ। ਪੰਜਵੀਂ ਮੰਗ ਹੈਗੀ ਆ, ਜਿਹੜੀ ਸਾਰੇ ਮੁਲਾਜ਼ਮ ਜਿਹੜੇ 2 ਜੁਲਾਈ 2020 ਤੋਂ ਵੱਧ ਭਰਤੀ ਹੋਏ ਜਾਂ ਆਉਣ ਵਾਲੇ ਸਮੇਂ 'ਚ ਹੋਣਾ, ਉਹਨਾਂ ਦੇ ਉੱਤੇ ਪੰਜਾਬ ਸਰਕਾਰ ਨੇ ਸੈਂਟਰ ਦੇ ਪੇ ਸਕੇਲ ਥੋਪ ਦਿੱਤੇ। ਜਦੋਂ ਅਸੀਂ ਰਹਿ ਪੰਜਾਬ ਦੇ ਵਿੱਚ ਰਹਾਂ, ਸਾਡੀਆਂ ਤਨਖਾਹਾਂ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਤੈਅ ਹੁੰਦੀਆਂ ਨੇ, ਸਾਡੇ 'ਤੇ ਸਟੇਟ ਗੌਰਮੈਂਟ ਦਾ ਵੀ ਕਹਿ ਲਈਏ ਜੋ ਇਕੋਨਮੀ ਹੈਗੀ ਆ, ਉਸ ਨੇ ਸਾਨੂੰ ਪ੍ਰਭਾਵਿਤ ਕਰਨਾ। ਜੇ ਆਮਦਨ ਉਸ ਤਰ੍ਹਾਂ ਦੀ ਹੈਗੀ ਤਾਂ ਖਰਚ ਵੀ ਉਸ ਤਰ੍ਹਾਂ ਦੇ ਨੇ। ਇਸ ਕਰਕੇ 2 ਜੁਲਾਈ 2020 ਤੋਂ ਬਾਅਦ ਜਿੰਨੇ ਮੁਲਾਜ਼ਮ ਭਰਤੀ ਹੋ ਚੁੱਕੇ ਨੇ ਜਾਂ ਆਉਣ ਵਾਲੇ ਸਮੇਂ 'ਚ ਹੋਣਗੇ, ਉਹਨਾਂ ਸਾਰਿਆਂ ਦੇ ਉੱਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਹੋਣ। ਇਹ ਪੰਜਵੀਂ ਵੱਡੀ ਮੰਗ ਆ। ਇਹਨਾਂ ਪੰਜ ਮੰਗਾਂ ਦੇ ਵਿੱਚ ਪੰਜਾਬ ਦਾ ਕੋਈ ਮੁਲਾਜ਼ਮ ਅਜਿਹਾ ਰਹਿ ਨਹੀਂ ਜਾਂਦਾ, ਕੋਈ ਡਿਪਾਰਟਮੈਂਟ ਜਿਹਦੀ ਮੰਗ ਕੋਈ ਸ਼ਾਮਿਲ ਨਾ ਹੋਵੇ। ਸੋ ਇਹਨਾਂ ਮੁੱਖ ਮੰਗਾਂ ਨੂੰ ਲੈ ਕੇ ਅੱਜ ਦੀ ਅਸੀਂ ਰੈਲੀ ਕਰਦੇ। ਸੋ ਤੁਸੀਂ ਕਹਿ ਰਹੇ ਹੋ ਕਿ ਲੰਗੜਾ ਪੇ ਕਮਿਸ਼ਨ ਆ, ਪਰ ਸਰਕਾਰ ਕਹੇਗੀ, ਉਹਨਾਂ ਦੇ ਮੰਤਰੀ ਕਹਿ ਰਹੇ ਕਿ ਅਸੀਂ ਮੁਲਾਜ਼ਮਾਂ ਦੀ ਇਨਕਮ 2.5 ਗੁਣਾ ਵਧਾ ਦਈਏ, ਫਿਰ ਸੱਚ ਕੀ ਹੈ ਜੀ? ਜਿਹੜਾ 2.5 ਗੁਣਾ ਵਧਾਈ ਹੈਗੀ ਆ, ਉਹ ਇੱਕ ਇਹਨਾਂ ਨੇ ਮਲਟੀਪਲ ਫੈਕਟਰ ਦਿੱਤਾ ਹੈਗਾ ਕਿ 2.59 ਦੇ ਨਾਲ ਬਹੁਤੀਆਂ ਕੈਟਾਗਰੀਆਂ 'ਤੇ ਜਿਹੜਾ ਲਾਗੂ ਹੋ ਰਿਹਾ, 2.59 ਜਾਂ 2.25 ਨਾਲ ਮਲਟੀਪਲਾਈ ਕਰ ਲਓ। 2.25 ਨਾਲ ਕਰਦੇ ਹਾਂ ਤਾਂ ਤਨਖਾਹ ਤਾਂ ਵੀ 1,000-2,000 ਰੁਪਏ ਇੱਧਰ ਉੱਧਰ ਹੁੰਦੀ ਹੈਗੀ ਹੈ। ਜੇ 2.59 ਨਾਲ ਕਰਦੇ ਹਾਂ ਜਿਹੜੀ ਆਪਸ਼ਨ ਦਿੱਤੀ ਆ, ਤਾਂ ਸ਼ਰਤ ਇਹ ਆ ਕਿ 2011 'ਚ ਜਿਹੜਾ ਪੇ ਕਮਿਸ਼ਨ ਨੇ ਤੁਹਾਡੇ ਗ੍ਰੇਡਾਂ ਦੇ ਵਿੱਚ ਵਾਧਾ ਕੀਤਾ ਸੀ, ਉਹ ਕੱਟ ਕੇ ਤੁਸੀਂ ਫਿਰ ਆਪਣਾ ਮਲਟੀਪਲ ਫੈਕਟਰ ਲਾਓਗੇ, ਫਿਰ ਨਵੀਂ ਤਨਖਾਹ ਬਣਾਓਗੇ। ਇਸ ਕਰਕੇ ਜੇ ਇੱਕ ਪਾਸੇ 2.5 ਗੁਣਾ ਵਧਾ ਰਹੀ ਆ, ਤਾਂ ਜਿਹੜਾ 2011 'ਚ ਵਾਧਾ ਹੋਇਆ, ਪਹਿਲਾਂ ਉਹ ਤਾਂ ਕਾਟਾ ਮਾਰ ਕੇ ਫਿਰ 2.5 ਗੁਣਾ ਦੀ ਗੱਲ ਕਰਦੀ ਆ। ਜੇ 2.5 ਗੁਣਾ ਤਨਖਾਹ ਵਧੀ ਹੋਵੇ ਕਿਸੇ ਦੀ, ਤਾਂ ਇੱਥੇ ਸੜਕਾਂ 'ਤੇ ਹੜ ਆ ਜੇ। ਜੇ ਕਿਸੇ ਅਧਿਆਪਕ ਦੀ ਤਨਖਾਹ ਪਹਿਲਾਂ 50,000 ਹੋਊਗੀ, ਸਰਕਾਰ ਸਾਬਤ ਕਰਦੇ ਕਿ ਕਿਸੇ ਮੁਲਾਜ਼ਮ ਦੀ ਤਨਖਾਹ 2.5 ਗੁਣਾ ਵੱਧ ਕੇ 1.25 ਲੱਖ ਹੋ ਗਈ ਆ, ਅਸੀਂ ਅੰਦੋਲਨ ਵਾਪਸ ਲੈ ਲਾਂਗੇ। ਜੇ ਕਿਸੇ ਮਾਣ ਭੱਤੇ 'ਤੇ ਕੰਮ ਕਰਦੇ ਵਰਕਰ ਦੀ ਤਨਖਾਹ
ढाई गुणा वधी होवे असी विचार लांगे कि वह डीसी रेट के बराबर भी पहुँचिया या नहीं पहुँचिया। इस करके हाथी के दंद खाण नूं होर ते दिखाण नूं होर ने। सरकार आम लोगों के विच मुलाजमान के प्रति एक भावना पैदा करनी चाहती है कि मुलाजमान के उल्ट आम लोगों नूं खड़े किया जाए। ये सरकार दिखाने की कोशिश करे कि ढाई गुणा तनखा वधाती होर की चाहते हैं। सो अज तुसीं रैली कर रहे हो, बहुत वड्डी सफल रैली हो रही है, उस तो बाद मार्च भी करोगे, कोई सरकार वालों गलबात का सद्दा आया, कोई लगता कोई जिहड़ा भी तुहानूं कोई जिहड़ा इहदे कोई सिट्टे चंगे निकल सकदे इस रैली दे? अज की रैली का दबाव इस रूप च झलकदा हैगा कि जिथे मुख्यमंत्री का बयान आया दो दिन पहला कि हड़ताल कर रहे मुलाजम गलबात ते आउण, असीं मुख्यमंत्री साहब नूं सवाल करदे हां कि असीं तां कदे गलबात तों भज्जे नहीं, तुसीं अपने सिस्मा फार्म दे विच एकांतवास होए बैठे हैगे हो, इस करके असीं गलबात तों नहीं भजदे, पर सानूं तुहाडे ते यकीन बिल्कुल नहीं। पहला भी तुसीं मंगां सद्दे दिंदे हो, गलबात दे मुकर जांदे हो, मीटिंगां करदे हो, पर गल सिरे नहीं चढ़दी। तुहाडे कैबिनेट मंत्री जिहड़े मीटिंग करदे ने उहनां दी तां औकात इस पद्धर तक भी नहीं कि उहनां दी गल कोई उहनां दे सैकटरी मन लैण। 2018 च कैबिनेट सब कमेटी ने साडे नाल मीटिंग कीती, 2019 दे विच जदों सांझे अध्यापक मोर्चे का अंदोलन सी, जिहड़ियां मंगां कैबिनेट सब कमेटी ने प्रवान कीतियां उन्हां मंगां नूं एक महकमे का एजुकेशन महकमे का अधिकारी कृष्ण कुमार नहीं लागू कर रहा, फिर की क्रेडिबिलिटी है सरकार की? इस करके असी सरकार दे किसी फोके गल्लां दे विच कि अफसर कमेटी नाल मीटिंग कर लो, कैबिनेट सब कमेटी नाल गल कर लो, जां मेरे संगत दर्शन कर लो, साडा इहदे नाल गुजारा नहीं। सरकार साडे नाल भावें मीटिंग ना भी करे पर साडे लई इंपोर्टेंट ने साडियां मंगां, जिस दिन तक साडियां मंगां नहीं पूर्ती हुंदी असीं गलबात भी जारी रखांगे ते अपना संघर्ष भी जारी रखांगे। बहुत बहुत धन्यवाद जी। सो जाहर जी गल है कि मुलाजमान विच बहुत रोस पाया जा रहा, सरकार की क्रेडिबिलिटी के सवाल उठ रहे हैं। सो जिहड़ी गल कह रहे हरदीप टोडरपुर हो रही कि जिहड़ियां गल्लां जिहड़ियां कैबिनेट सब कमेटी ने मान लियां उहनूं एजुकेशन सैकटरी जिहड़ा प्रवान नहीं कर रहा, तो यह सारिया गल्लां जिहड़ियां साडे ध्यान दा मंग करदियां ने कि एड्डी वड्डी गिणती विच मुलाजम ने जिहड़े ਉਹ ਦੂਰੋਂ ਦੂਰੋਂ ਚੱਲ ਕੇ ਮੁੱਖਮੰਤਰੀ ਦੇ ਸ਼ਹਿਰ ਪਟਿਆਲੇ ਉਹਨਾਂ ਨੂੰ ਆਉਣਾ ਪੈ ਰਿਹਾ ਅਤੇ ਰੈਲੀ ਕਰਨੀ ਪੈ ਰਹੀ ਆ, ਔਰ ਇਹਨਾਂ ਮੰਗਾਂ ਮਸਲੇ ਨੂੰ ਲੈ ਕੇ ਅੱਗੇ ਸਰਕਾਰ ਦਾ ਕੀ ਰਵੱਈਆ ਹੋਊਗਾ ਇਹ ਦੇਖਣ ਵਾਲਾ ਹੋਊਗਾ। ਆਉਣ ਵਾਲੇ ਸਮੇਂ ਵਿੱਚ ਚੋਣਾਂ ਵੀ ਆਉਣ ਜਾ ਰਹੀਆਂ ਨੇ, ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਸਿੱਧੀਆਂ ਦਿਖਾਉਂਦੇ ਰਹਾਂਗੇ। ਜੁੜੇ ਰਹੋ ਦੁਨੀਆ ਦੇ ਨਾਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।